ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਨਾਰਪੁਰ, ਤਹਿਸੀਲ ਕਰਤਾਰਪੁਰ ਸਾਹਿਬ ਲੱਗਦੀ ਹੈ ਜੀ, ਜ਼ਿਲ੍ਹਾ ਜਲੰਧਰ ਲੱਗਦਾ ਹੈਗਾ ਇਸ ਪਿੰਡ ਨੂੰ। ਅਤੇ ਜੇਕਰ ਆਪਾਂ ਦੋਸਤੋ ਦੂਰੀ ਦੀ ਗੱਲ ਕਰੀਏ ਤਾਂ ਤਕਰੀਬਨ ਕਰਤਾਰਪੁਰ ਸਾਹਿਬ ਦੀ ਜਿਹੜੀ ਦੂਰੀ ਹੈ ਦੋਸਤੋ 7 ਕਿਲੋਮੀਟਰ ਦੀ ਆ, ਅਤੇ ਬਿਆਸ ਤਕਰੀਬਨ ਜਿਹੜਾ ਦੋਸਤੋ 20-21 ਕਿਲੋਮੀਟਰ ਦੀ ਦੂਰੀ ਰਹਿ ਜਾਂਦੀ ਹੈ ਇਸ ਪਿੰਡ ਤੋਂ, ਅਤੇ ਜਲੰਧਰ ਤਕਰੀਬਨ 22-24 ਕਿਲੋਮੀਟਰ ਦੀ ਦੂਰੀ ਹੈਗੀ ਆ, ਅਤੇ ਕਪੂਰਥਲਾ ਜਿਹੜਾ ਸ਼ਹਿਰ ਆ ਦੋਸਤੋ ਤਕਰੀਬਨ 11 ਕਿਲੋਮੀਟਰ ਦੀ ਦੂਰੀ 'ਤੇ ਹੈਗਾ। ਅਤੇ ਗੱਲਬਾਤ ਆਪਾਂ ਵੀਰ ਹਰਜਿੰਦਰ ਦੇ ਨਾਲ ਕਰਨੀ ਆ, ਤਕਰੀਬਨ ਬਾਈ ਹਰਜਿੰਦਰ ਦੇ ਕੋਲ ਆਏ ਹਾਂ, ਓਨਰ ਵੀਰ ਆ, ਅਤੇ ਪਸ਼ੂ ਵਪਾਰ ਦਾ ਕੰਮ ਆ, ਤਕਰੀਬਨ 20-25 ਸਾਲ 30 ਸਾਲ ਦਾ ਜਿਹੜਾ ਪੁਰਾਣਾ ਜਿਹੜਾ ਦੋਸਤੋ ਵਪਾਰ ਦਾ ਕੰਮ ਆ ਬਾਈ ਹੋਰਾਂ ਦਾ। ਅਤੇ ਪਸ਼ੂ ਜਿਹੜੇ ਆ ਦੋਸਤੋ, ਅੱਜ ਨਾਗ ਜਿਹੜੇ ਤੁਹਾਨੂੰ ਇੱਕ ਵੈੜ ਦਿਖਾਉਣੀ ਆ, ਅਤੇ ਇਹਦੇ ਵਿੱਚ ਤੁਹਾਨੂੰ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ 3 ਜਿਹੜੀਆਂ ਮੱਝਾਂ ਅਤੇ 1 ਝੋਟੀ ਤੁਹਾਨੂੰ ਬਿਲਕੁਲ ਜਿਹੜੀ ਵਿਖਾਈ ਦੇਵੇਗੀ। ਪਸ਼ੂ ਜਿਹੜੇ ਦੋਸਤੋ 2 ਸੂਏ ਸਵਾਏ ਨੇ, ਅਤੇ ਬਿਲਕੁਲ 2 ਤਿਆਰੀ ਦੇ ਵਿੱਚ ਆ। ਗੱਲਬਾਤ ਆਪਾਂ ਵੀਰ ਦੇ ਨਾਲ ਕਰਕੇ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਅੱਜ ਜਿਹੜੀ ਵੀਡੀਓ ਆਪਾਂ ਦੋਸਤੋ 3 ਫਰਵਰੀ ਨੂੰ ਬਣਾ ਰਹੇ ਹਾਂ, ਅਤੇ ਸਮਾਂ ਜਿਹੜਾ ਦੋਸਤੋ ਤਕਰੀਬਨ 12 ਵਜੇ ਦਾ ਸਮਾਂ ਹੈਗਾ, ਠੀਕ ਹੈ ਜੀ। ਅਤੇ ਬੇਸ਼ੱਕ ਜਿਹੜੇ ਪਸ਼ੂ ਸੂਏ ਨੇ ਉਹ ਵੀ ਤੁਸੀਂ ਧਿਆਨ 'ਚ ਰੱਖ ਸਕਦੇ ਜੇ ਮੋਰਨਿੰਗ ਟਾਈਮ ਦੀ 11 ਚੁਆਈ ਕੀਤੀ ਹੁੰਦੀ ਹੈ, ਠੀਕ ਹੈ ਜੀ। ਬਾਕੀ ਤੁਸੀਂ ਆਓ ਵਿਜਿਟ ਕਰਕੇ, ਜਿਹੜਾ ਪਸ਼ੂ ਸੂਇਆ ਹੈਗਾ ਖਾਸ ਤੌਰ 'ਤੇ ਟਾਈਮ ਟੂ ਟਾਈਮ ਉਹਦੀ ਚੁਆਈ ਕਰਕੇ ਤਸੱਲੀ ਕਰ ਲਓ, ਠੀਕ ਹੈ ਜੀ। ਉਸ ਤੋਂ ਬਾਅਦ ਬੇਸ਼ੱਕ ਸੌਦਾ ਕਰ ਸਕਦੇ ਹੋ। ਆ ਜਾਓ ਕਰਦੇ ਹਾਂ ਗੱਲਬਾਤ ਵੀਰ ਹਰਜਿੰਦਰ ਦੇ ਨਾਲ। ਸਭ ਤੋਂ ਪਹਿਲਾਂ ਵੀਰ ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਕਾਇਮ ਹੋ ਵੀਰ? ਹਾਂਜੀ ਠੀਕ ਠਾਕ ਵੀਰ ਜੀ, ਠੀਕ ਆ ਜੀ। ਕਿਵੇਂ ਚੱਲੀ ਜਾਂਦਾ ਕੰਮ ਕਾਰ ਵਧੀਆ ਫਿਰ ਜੀ? ਬਹੁਤ ਵਧੀਆ ਭਾਜੀ, ਬਹੁਤ ਵਧੀਆ। ਚਲੋ ਚਲੋ, ਸ਼ੁਕਰ ਮਾਲਕ ਦਾ ਜੀ। ਤੇ ਹਰਜਿੰਦਰ ਭਾਈ, ਅੱਜ ਤੇ ਇੱਕ ਤਾਂ ਵੈੜ ਹੈ ਤੇ 3 ਮੱਝਾਂ ਤੇ 1 ਝੋਟੀ ਆ ਗਈ ਆਪਣੇ ਕੋਲ, 2 ਮੱਝਾਂ 1 ਝੋਟੀ ਆ। ਹਾਂਜੀ ਭਾਈ। ਤੇ ਵੀਰ ਜੀ, ਕਰੀਏ ਸਟਾਰਟ ਪਹਿਲੇ ਨੰਬਰ ਵਾਲੀ ਵੈੜ ਤੋਂ ਆਪਾਂ ਸਟਾਰਟ ਕਰ ਲਈਏ। ਜ਼ਰੂਰ ਜੀ। ਹਾਂਜੀ, ਤੇ ਵੀਰ ਜੀ ਦਈਏ ਡਿਟੇਲ ਇਸ ਵੈੜ ਦੀ, ਕੀ ਜਾਣਕਾਰੀ ਹੈ ਜੀ? ਪੰਜਾਬ ਵਾਲੀ ਜਰਸੀ ਆ, ਪਲੂਣ ਪਹਿਲੇ ਸੂਏ ਸੁਣੀ ਆ, 9 ਚਾਰਦਾਂ ਦਾ ਆ ਜੀ, ਪਿਓਰ ਚਾਰਦਾਂ ਦਾ। ਠੀਕ ਹੈ ਜੀ, ਮੂੰਹੋਂ ਚੌਕੀ ਆ ਦੋਸਤੋ, ਠੀਕ ਆ, ਪਹਿਲਾਂ ਜਿਹੜੀ ਇਹ ਵੈੜ ਸੁਣ ਜਾ ਰਹੀ ਆ। ਹਾਂਜੀ ਹਾਂਜੀ। ਤੇ ਬਾਕੀ ਹਵਾਨਾ ਤੁਸੀਂ ਵੇਖ ਕੇ ਜਿਹੜਾ ਦੋਸਤੋ ਭੁਲੇਖੇ 'ਚ ਪੈ ਜਾਓਗੇ। ਵੈੜ ਬੇਸ਼ੱਕ ਉੱਪਰੋਂ ਬਨਾਥਨਾ ਵਾਲੀ ਘੱਟ ਹੋਵੇਗੀ, ਪਰ ਥੱਲਿਓਂ ਲੇਵੇ ਵਾਲੇ ਪਾਸਿਓਂ ਦੋਸਤੋ ਪੂਰੀ ਕਸਰ ਕੱਢੀ ਪਈ ਆ ਵੈੜ ਨੇ, ਅਤੇ ਆ ਬੈਕ ਸਾਈਡ ਤੋਂ ਤੁਸੀਂ ਵੇਖੋ। ਅਤੇ ਤਿਆਰੀ ਦੇ ਵਿੱਚ ਆ ਬਾਈ ਹਰਜਿੰਦਰ ਜੀ, ਹੈ ਨਾ? ਠੀਕ ਆ, ਸੋ ਤਿਆਰੀ ਆ ਦੋਸਤੋ, ਵੀਰ ਕਹਿੰਦਾ ਵੀ ਪੂਰੀ ਠੰਡੀ ਆ, ਜਿੱਦਾਂ ਮਰਜ਼ੀ ਥੱਲੇ ਵੜੀ, ਠੀਕ ਆ ਇਹ ਗੱਲ ਪਲੂਨ ਨੂੰ। ਬਾਈ ਹਰਜਿੰਦਰ, ਸ਼ੁੱਧ ਜਿਹੜਾ ਨਿੱਗਰ ਹਵਾਨਾ ਹੈ, ਕੋਈ ਭਲ ਭੁੱਲ ਨਹੀਂ ਹੈਗੀ, ਵੇਖੋ ਹੈ ਨਾ, ਆ ਵੇਖੋ ਸਾਰੇ ਪਾਸੇ ਵੇਖੋ ਦੋਸਤੋ, ਠੀਕ ਆ। ਬਨਾਥਨਾ ਜਿਹੜਾ ਹੈਗਾ ਵੈੜ ਦਾ ਪ੍ਰੋਪਰ ਆ, ਅਤੇ ਹੈ ਵੀ ਪੂਰੇ ਮਿਲਕ ਵਾਲੀ ਆ, ਦੁੱਧ ਵਾਲੀ ਆ, ਨੋਰਮਲ ਪਹਿਲਾ ਸੂਆ ਸੋਹਣਾ ਹੈਗਾ। ਅਤੇ ਨੋਰਮਲ ਜੇਕਰ ਗੱਲ ਕਰੀਏ ਤੇ ਹਵਾਨੇ ਨੂੰ ਵੇਖ ਕੇ ਲੱਗਦਾ ਵੀ 12-14 ਲੀਟਰ ਦੀ ਮਿਲਕ ਦੀ ਕਪੈਸਿਟੀ। ਬਿਲਕੁਲ ਭਾਜੀ, ਬਿਲਕੁਲ ਹਵਾਨਾ ਦੇ ਭਾਜੀ ਇਦਾਂ ਬਣਾਇਆ ਪਿਆ, ਕਰਮਾਣੀ ਨੇ ਇਦਾਂ 50,000 ਵਾਲੀ ਗਾਣ ਨਹੀਂ ਲੱਗਾ। ਬਿਲਕੁਲ ਬਿਲਕੁਲ, ਉਦਾਂ ਵੀਰ ਜੀ ਠੰਡੀ ਆ, ਇਹ ਗੱਲ ਨਹੀਂ ਵੀ ਪਹਿਲਣਾ ਜਿੱਦਾਂ ਲੱਤਾਂ ਛਿੜੀਆਂ ਵਾਲੀ ਨਹੀਂ। ਸਹੀ ਹੈ ਜੀ, ਜਿੱਧਰੋਂ ਮਰਜ਼ੀ ਇਧਰੋਂ ਵੜ ਜਾਓ, ਇਧਰੋਂ ਵੜ ਜਾਓ, ਹਾਂ, ਜਿਵੇਂ ਮਰਜ਼ੀ ਬੱਚਾ ਹੱਥ ਲਾ ਲੇ, ਚਾਹੇ ਕੋਈ ਅੱਗੇ ਲੇਡੀਜ਼ ਚੁਆਈ ਕਰਦੇ ਆਉਣੇ ਦਿਨਾਂ ਦੇ ਵਿੱਚ ਦੋਸਤੋ, ਤੇ ਚੁਆਈ ਆ ਬਹੁਤ ਲੰਮਾ ਭਾਜੀ ਕਰਨਾ, ਵੱਛੀ ਨਾ ਨੋਗਾ ਮੁੱਠੀ ਵਾਲਾ ਥਾਣਾ, ਵੇਖੋ ਆ, ਦੇਖੋ ਭਾਜੀ ਜਿੱਦਾਂ ਮਰਜ਼ੀ ਥੱਲੇ ਵੜੇ, ਇਹ ਥੋੜਾ ਕਿ ਕੋਈ ਛੜਾਕਲ ਆ। ਬਿਲਕੁਲ ਨਹੀਂ, ਪਿਆਰੀ ਵੈੜ ਆ, ਠੀਕ ਆ ਜੀ। ਉੱਪਰੋਂ ਭੁਲੇਖਾ ਪਾਉਂਦੇ ਹੀ ਆ, ਪਰ ਥੱਲਿਓਂ ਜਿੰਨਾ ਕੁਛ ਸਮਾਨ ਲਈ ਫਿਰਦੀ ਆ ਕਰਮਾਂ ਲਈ, ਬਹੁਤ ਵਧੀਆ ਦੋਸਤੋ। ਤੇ ਬਿਲਕੁਲ ਪੱਟਾਂ ਦੇ ਵਿਚਕਾਰ, ਸੰਨਾਂ ਦੇ ਵਿਚਕਾਰ ਜਿਹੜਾ ਹਵਾਨਾ, ਬਹੁਤ ਖੂਬਸੂਰਤ ਆ। ਪੰਜਾਬ ਵਾਲੀ ਜਰਸੀ ਆ, ਇਹ ਗੱਲ ਅਸੀਂ ਬੇਲਾ ਡੂਲਾ ਦੇਖੋ ਕਿ, ਹਾਂਜੀ ਕਿੰਨਾ ਵਧੀਆ, ਬਸ ਵੱਛੀ ਦੇ ਮੜੇ ਮੜੇ ਸਿੰਘ ਹੀ ਆ, ਹਾਂ ਸਿੰਘ ਹੈਗੇ ਆ, ਬਾਕੀ ਥੋੜੇ ਥੋੜੇ ਤੁਸੀਂ ਜਿਹੜੇ ਵੀਡੀਓ ਦੇ ਵਿੱਚ ਜਿਹੜੇ ਦੋਸਤੋ ਜ਼ਰੂਰ ਨੋਟ ਕਰ ਹੀ ਲੈਣੇ ਆ। ਤੇ ਇੱਕ ਤਾਂ ਵੀਰ, ਇਹਦਾ ਹੁਣ ਮੁੱਲ ਕਿੰਨਾ, ਡਿਮਾਂਡ ਕਿੰਨੀ ਲੈਦੇ ਆ? ਭਾਜੀ ਜੇ ਤਾਂ ਵੱਛੀ ਦੇ ਸਿੰਘ ਨਾ ਹੁੰਦੇ ਤਾਂ ਭਾਵੇਂ 30,000 ਦੀ ਵੇਚ ਦਿੰਦੇ ਜੀ, ਤੇ ਭਾਜੀ ਆਪਾਂ 28,000 ਦੀ ਵੱਛੀ ਦੇ ਦਾਂਗੇ। 28,000 ਦੀ? ਹਾਂਜੀ, ਉਹ ਚੋਂ ਭਾਜੀ 2,000 ਮਾਨਤਨ ਕਰ ਦਾਂਗੇ, 26,000 ਦੀ ਦੇ ਦਾਂਗੇ।
ਠੀਕ ਹੈ ਜੀ, ਉਹ ਚਿਛੋੜੀ ਹੋਣੀ ਭਾਅ ਜੀ। ਠੀਕ ਹੈ ਜੀ, 26,000 ਦੇ ਵਿੱਚੋਂ ਛੋਟ ਹੈ। ਹਾਂਜੀ ਭਾਅ ਜੀ, ਛੋਟ ਹੀ ਹੋਊਗੀ। ਠੀਕ ਆ, ਅਤੇ ਫਿਰ ਸਾਨੂੰ ਖੋਲ੍ਹ ਕੇ ਦਿਖਾਈਏ। ਸੋ ਦੋਸਤੋ, ਵੀਰਾਂ ਦਾ ਵੀ ਡਿਮਾਂਡ ਬੇਸ਼ੱਕ 30 ਕਰਨ ਵਾਲੋ, ਅਤੇ ਠੀਕ ਹੈ 28 ਦੇ ਵਿੱਚੋਂ ਵੀ 2,000 ਲੈਸ ਕਰਤੀ ਆ, 26 ਆ, ਅਤੇ 26 ਦੇ ਵਿੱਚੋਂ ਜਿਹੜਾ ਮੌਕੇ ਦਾ ਮਾਨਤਾਨ ਜਦੋਂ ਘਰ ਤੁਸੀਂ ਵਿਜਿਟ ਕੀਤੀ ਤਾਂ ਮਾਨਤਾਨ ਜਿੰਨਾ ਵੀ ਤੁਸੀਂ ਕਰਾਉਣਾ ਹੋਇਆ ਜ਼ਰੂਰ ਕਰਵਾ ਸਕਦੇ ਹੋ ਦੂਰੋਂ ਨੇੜੇ ਪਹੁੰਚ ਕੇ। ਅਤੇ ਹਵਾਨਾ ਵਧੀਆ, ਵੈੜ ਇੰਨੀ ਕੁ ਜ਼ਿਆਦਾ ਵਧੀਆ ਦੋਸਤੋ, ਹਵਾਨਾ ਲੈ ਕੇ ਤੁਰਿਆ ਨਹੀਂ ਜਾਂਦਾ ਵੈੜ ਤੋਂ। ਠੀਕ ਹੈ ਜੀ, ਬਾਕੀ ਕੱਦ ਕਾਠੀ ਜਿਹੜਾ ਨੋਰਮਲ ਮੀਡੀਅਮ ਹਾਈਟ। ਓਕੇ, ਹਾਂਜੀ ਵੀਰ ਜੀ, ਬਿਲਕੁਲ ਜੀ, ਠੰਡੀ ਧੀਰੀ ਬਹੁਤ ਆ ਬੈਠ ਦੋਸਤੋ। ਠੀਕ ਹੈ, ਨੋਰਮਲ ਆਪਾਂ ਪਹਿਲਾਂ ਵੀ ਡਿਸਕਸ ਕਰ ਲਈ ਆ, ਬਿਆਨ ਕਰਤਾ ਵੀ ਹਵਾਨਾ ਜਿਹੜਾ ਦੋਸਤੋ ਬਿਲਕੁਲ ਜਿਹੜਾ ਪਸ਼ੂ ਦੀ ਕਰਤੂਤ ਦੇ ਹਿਸਾਬ ਨਾਲ ਲੱਗਦਾ, ਤਕਰੀਬਨ 50-60,000 ਵਾਲੀ ਬੈਠ ਵੀ ਆਪਾਂ ਜੇਕਰ ਲੈਂਦੇ ਹਾਂ, ਅਤੇ ਹਵਾਨਾ ਉਹ ਉਹਨਾਂ ਬੈੜਾਂ ਨੂੰ ਕਦੀ ਜਿਹੜਾ ਦੋਸਤੋ ਬਿਲਕੁਲ ਤਿਆਰੀ ਦੇ ਵਿੱਚ ਹੁੰਦੀਆਂ ਨੇ, ਇਹੋ ਜਿਹਾ ਹਵਾਨਾ ਨਹੀਂ ਲੱਗਾ ਹੁੰਦਾ। ਠੀਕ ਆ, ਅਤੇ ਰੇਟ ਵੀ ਛੋਟਾ, ਆਪ ਵੀ ਜਿਹੜਾ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ, ਪਰ ਜਿਹੜੇ ਕਾਰਨਾਮੇ ਉਹ ਵੱਡੇ ਹੋਣਗੇ ਕਿਉਂਕਿ ਇੱਕ ਮਿਲਕ ਚੋਣਾ ਹੁੰਦਾ ਕਿਸੇ ਵੀ ਡੇਅਰੀ ਫਾਰਮਰ ਨੇ, ਅਤੇ ਮਿਲਕ ਵਾਲੀ ਵੈੜ ਆ, ਤਕਰੀਬਨ 12 ਤੋਂ ਲੈ ਕੇ 14 ਲੀਟਰ ਤੱਕ ਤੁਸੀਂ ਆਪਣੀ ਸੇਵਾ ਤੇ ਨੋਰਮਲ ਚੋ। ਬਿਲਕੁਲ ਭਾਜੀ, ਬਿਲਕੁਲ, ਬਹੁਤ ਠੰਡੀ, ਕੋਈ ਜਿੱਦਾਂ ਮਰਜ਼ੀ ਕੋਈ ਪਰਵਾਹ ਨਹੀਂ, ਵੇਖੋ ਜੀ ਜਿੱਧਰੋਂ ਮਰਜ਼ੀ ਵੜੀ ਆ ਦੇ ਆ ਕਰੋ ਚੱਕ। ਠੀਕ ਆ, ਇਹ ਤਾਂ ਹੋਈ ਆ ਵੈੜ ਬਈ, ਹੈ ਨਾ, ਇਹ ਤਸੱਲੀ ਵਾਲੀ ਚੀਜ਼ ਹੋ ਜਾਂਦੀ ਚੀਜ਼। ਅਤੇ ਅੱਛਾ ਵੀਰ, ਬਾਕੀ 26,000 ਦੇ ਵਿੱਚੋਂ ਥੋੜ੍ਹਾ ਪਤਾ ਹੀ ਹੈ, ਥੋੜ੍ਹਾ ਪਤਾ ਹੀ ਭਾਅ ਜੀ। ਹਾਂਜੀ, ਕੋਈ ਜ਼ਿਆਦਾ ਮੇਰਾ ਵੀਰ ਐਵੇਂ ਖਿੱਚ ਖਿਚਾ ਨਾ ਕਰੇ, ਕਿਉਂਕਿ ਆਪਾਂ ਰੇਟ ਉਨਾ ਕੀ ਪਾਉਣਾ ਜਿੰਨੇ ਲੈ ਲੈਣੇ। ਸਹੀ ਹੈ ਵੀਰ, ਬਿਲਕੁਲ। ਠੀਕ ਹੈ, ਰੇਟ ਵੀ ਜਿਹੜਾ ਦੋਸਤੋ ਵਧੀਆ ਲੱਗੂਗਾ ਤੁਹਾਨੂੰ, ਜਦੋਂ ਘਰ ਤੁਸੀਂ ਵਿਜਿਟ ਕੀਤੀ ਚੰਗਾ ਰੇਟ ਲੱਗੂਗਾ, ਵੈੜ ਦੇ ਹਿਸਾਬ ਨਾਲ ਰੇਟ ਚੰਗਾ ਲੱਗੂਗਾ। ਠੀਕ ਆ, ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਦੇ ਵੀਰ ਦੇ ਕੋਲ ਮੱਝ ਆ ਬਕਾਊ, ਅਤੇ ਇਹ ਵੀ ਤਿਆਰੀ ਦੇ ਵਿੱਚ ਆ ਵੀਰ, ਕਿੰਨੇ ਕੁ ਸਮਾਂ ਲੈ ਜੂਗਾ? ਹਾਂਜੀ ਭਾਅ ਜੀ, ਇਹ ਵੀ ਬਸ ਇੱਕ ਦਿਨ ਲੈ ਜੇ, ਦੋ ਦਿਨ ਲੈ ਜੇ, ਚਾਰ ਹੀ ਆ ਭਾਅ ਜੀ। ਓਕੇ, ਆ ਕਰੋ ਚੈੱਕ ਦੋਸਤੋ। ਠੀਕ ਆ, ਅਤੇ ਸੂਆ ਵੀਰ ਜੀ ਕਿਨਮਾ ਸੂ ਰਹੀ ਆ? ਭਾਅ ਜੀ, ਘਰ ਵਾਲੇ ਤਾਂ ਦੂਜਾ ਕਹਿੰਦੇ ਸੀ, ਦੂਜਾ ਨਹੀਂ ਤਾਂ ਤੀਜਾ ਹੋ ਜੂਗਾ, ਇਸ ਤੋਂ ਉੱਪਰ ਨਹੀਂ ਹੁੰਦਾ ਭਾਅ ਜੀ। ਠੀਕ ਹੈ ਜੀ, ਹਾਂਜੀ ਭਾਅ ਜੀ। ਸੋ ਦੋਸਤੋ, ਵੇਖ ਕੇ ਚੈੱਕ ਕਰੋ। ਠੀਕ ਆ, ਬਾਕੀ ਜਿੱਥੋਂ ਵੀਰ ਹੁਣੀ ਲੈ ਕੇ ਆਉਂਦੇ, ਕੋਈ ਵੀ ਵਪਾਰੀ ਵੀਰ ਜਦੋਂ ਅੱਗੋਂ ਲੈ ਕੇ ਆਉਂਦਾ, ਮਾਲਕ ਕੋਈ ਵੀ ਆ ਦੋਸਤੋ, ਦੂਜਾ ਸੂਆ ਕਹਿ ਦਿੰਦੇ ਆ, ਪਰ ਤੁਸੀਂ ਆਪੋ ਆਪਣੀ ਸਮਝ ਦੇ ਹਿਸਾਬ ਨਾਲ ਚੀਜ਼ ਲੈਣੀ ਆ। ਤੀਜਾ ਸੂਆ ਮੰਨ ਲਓ, ਠੀਕ ਹੈ ਜੀ, ਦੂਜਾ ਮੰਨ ਲਓ, ਜਿਸ ਸੂਏ ਦੇ ਵਿੱਚ ਫਿੱਟ ਬਹਿੰਦੀ ਆ, ਤੁਸੀਂ ਵੇਖ ਸਕਦੇ ਹੋ। ਠੀਕ ਆ, ਅਤੇ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਆਹ ਥਣ ਦੀ ਕੁਆਲਿਟੀ ਵੇਖੋ ਜੀ। ਠੀਕ ਆ, ਬਿਲਕੁਲ ਅਗਲੇ ਥਣ ਤੁਸੀਂ ਚੈੱਕ ਕਰੋ, ਬਰਾਬਰਤਾ ਪੂਰੀ ਹੈਗੀ ਹੈ ਥਣਾਂ ਦੇ ਵਿੱਚ, ਚੌਂ ਥਣਾਂ ਦੇ ਵਿੱਚ ਗੈਬੰਤਰ ਵੀ ਤੁਹਾਨੂੰ ਬਿਲਕੁਲ ਸਿਮਿਲਰ ਮਿਲੂਗਾ, ਬਿਲਕੁਲ ਸਮਾਨਤਾ ਪੂਰੀ ਹੋਵੇਗੀ, ਅਤੇ ਬਰਾਬਰਤਾ ਪੂਰੀ ਹੈ ਥਣਾਂ ਦੇ ਵਿੱਚ। ਠੀਕ ਆ, ਅਤੇ ਥਣ ਵੀ ਬਿਲਕੁਲ ਮੁੱਠੀ ਵਾਲਾ, ਅਤੇ ਹੈ ਵੀ ਬਿਲਕੁਲ ਬਰੀਕ ਚਮੜੀ ਦੀ ਆ। ਠੀਕ ਆ, ਹਾਂਜੀ ਹਾਂਜੀ, ਆ ਲਓ ਵੀ ਦੋਸਤੋ, ਬਟਨ ਵੀ ਜਿਹੜੇ ਦੋਸਤੋ ਦੋ ਮਗਰ ਜਿਹੜੇ ਉੱਭਰੇ ਹੋਏ ਬਟਨ ਵੀ ਨਜ਼ਰ ਆ ਰਹੇ ਆ। ਠੀਕ ਆ ਜੀ, ਮਿਲਕ ਵਾਲੇ ਪਸ਼ੂ ਦੀ ਚਲੋ ਨਿਸ਼ਾਨੀ ਹੁੰਦੀ ਆ, ਆਪਾਂ ਮੰਨਦੇ ਹਾਂ ਕਈ ਉਹਨਾਂ ਦੇ ਚੰਗੀਆਂ ਮੱਝਾਂ ਦੇ ਵਿੱਚ ਦੇਣ ਬੂਣ ਵੀ ਜਿਹੜੀ ਆ ਬਿਲਕੁਲ ਮੋਟੇ ਤੌਰ 'ਤੇ ਜਿਹੜੀ ਆ ਦੋਸਤੋ ਸ਼ੋਅ ਹੁੰਦੀ ਪਈ ਆ, ਨੋਰਮਲੀ ਧਿਆਨ ਦੇ ਵਿੱਚ ਆ ਜਾਂਦੀ ਜਦੋਂ ਆਪਾਂ ਹਵਾਨੇ ਵੱਲ ਨਿਗਾਹ ਮਾਰਦੇ ਹਾਂ, ਅਤੇ ਆਹ ਫੇਸ ਦੀ ਕੁਆਲਿਟੀ ਜੀ। ਠੀਕ ਆ, ਅਤੇ ਸੂਆ ਵੀਰਾਂ ਦਾ ਤੀਜਾ ਸੋਹਣੀ ਆ, ਅਤੇ ਦਿਨ ਹਜੇ ਫਿਰ ਲੈ ਜਾਊਗੀ, ਹੈ ਨਾ? ਹਾਂਜੀ ਭਾਅ ਜੀ, ਲੈ ਜੂਗੀ, ਮੈਂ ਰਾਜੀ ਨਿਗਰ ਆ, 4-5 ਦਿਨ ਤਾਂ ਲੈ ਹੀ ਜਾਊਗੀ ਨੋਰਮਲੀ ਭਾਅ ਜੀ। ਲੈ ਜੂ 4-5 ਦਿਨ। ਹਾਂਜੀ ਹਾਂਜੀ, ਅਤੇ ਵੀਰ ਹਰਜਿੰਦਰ ਨੇ ਤਾਂ ਮੁੱਲ ਕੀ ਲੈ ਦੇ, ਕੀ ਕਰਦੇ ਪਏ? ਇਹ ਭਾਅ ਜੀ 70,000 ਦੀ ਮੈਂ ਦੇ ਦਾਂਗੇ ਭਾਅ ਜੀ। 70,000 ਦੀ ਆ, ਉਹ 'ਚ ਭਾਅ ਜੀ 2,000 ਮਾਨਤਨ ਕਰ ਦਾਂਗੇ, 68,000 ਦਾਂਗੇ, ਉਹ 'ਚ ਛੋਟ ਹੀ ਹੋਣੀ ਭਾਅ ਜੀ। 68,000 ਦੇ ਵਿੱਚੋਂ ਛੋਟ? ਛੋਟ ਹੀ, ਹਾਂਜੀ। ਠੀਕ ਆ, 70,000 ਦੋਸਤੋ ਜਿਹੜੀ ਡਿਮਾਂਡ ਆ, ਠੀਕ ਆ ਜੀ, 2,000 ਵੀਰ ਨੇ ਮੌਕੇ 'ਤੇ ਜਿਹੜਾ ਹੈਗਾ ਉਹ ਕਰ ਦਿੰਦਾ ਗੁੰਜਾਇਸ਼ ਵੀ, ਹਾਂ ਵੀ 2,000 ਕਰਕੇ ਵੀ 68,000 ਦੀ ਜਿਹੜੀ ਲੈ ਦੇ ਆ, ਅਤੇ 68,000 ਦੇ ਵਿੱਚੋਂ ਜਿਹੜਾ ਕੋਈ 2-400 ਤੋਂ ਕੋਈ 2-300 ਜਿਹੜਾ ਵੀ ਰੱਸਾ ਛਡਾਈ ਆ ਉਹ ਹੋ ਜਾਏਗੀ। ਠੀਕ ਹੈ ਜੀ, ਮੌਕੇ 'ਤੇ ਘਰ ਵਿਜਿਟ ਕੀਤੇ ਆ।
ਚਾਰ ਦਿਨ ਤੋਂ ਬਾਅਦ ਹੋਰ ਕੰਡੀਸ਼ਨ ਹੋ ਜਾਏਗੀ ਬਿਲਕੁਲ ਜੀ। ਲਓ ਵੀ ਦੋਸਤੋ ਕਰੋ ਚੈੱਕ, ਹਰ ਐਂਗਲ ਤੋਂ ਹਰ ਇੱਕ ਪੱਖ ਤੋਂ ਤੁਹਾਨੂੰ ਪਸ਼ੂ ਆਪਾਂ ਦਿਖਾਉਣਾ ਅਤੇ ਬਿਲਕੁਲ ਤੁਹਾਡੀ ਸਮਝ ਵਿੱਚ ਚੀਜ਼ ਆ ਜਾਣੀ ਆ। ਅਤੇ ਵਿਜ਼ਿਟ ਤੁਸੀਂ ਕਰ ਲਿਓ ਬਿਲਕੁਲ ਪਿੰਡ ਨਾਰਪੁਰ, ਠੀਕ ਹੈ ਜੀ। ਅਤੇ ਆਪਦੀ ਬਾਕੀ ਵੀ ਰਖਾਇਆ ਤਿੱਪਣ ਤੁੱਪਣ ਵਧੀਆ ਓਕੇ ਸਿਕਰਪੁਰ, ਚਲੋ ਜੀ। ਸੋ ਹਵਾਨੇ ਦੀ ਬਣਤਰ ਸੋਹਣੀ ਆ ਦੋਸਤੋ, ਜਿਵੇਂ ਜਿਵੇਂ ਦਿਨ ਤਕਰੀਬਨ ਕਰਮਾਂ ਲਈ ਇੱਕ ਇੱਕ ਦੋ ਦੋ ਦਿਨ ਲਈ ਜਾਂਦੀ ਹੈ ਲਾਗੇ, ਹਵਾਨਾ ਜਿਹੜਾ ਦੋਸਤੋ ਉਵੇਂ ਉਵੇਂ ਬਨਾਥਨਾ ਪਿੱਛੋਂ ਕੱਢੀ ਜਾਂਦੀ ਹੈ, ਠੀਕ ਆ। ਆਹ ਬੈਕ ਸਾਈਡ ਤੋਂ ਵੇਖ ਲਓ ਬਿਲਕੁਲ ਪੱਧਰ ਜਿਹੜਾ ਲੇਵਾ ਹੈ। ਤੇ ਬਾਕੀ ਹਰਜਿੰਦਰ ਵੀਰ ਲਾਸਟ ਉੱਪਰ 68 ਦੀ ਹੋਗੀ ਹੈ। ਹਾਂਜੀ ਹਾਂਜੀ, ਉਹ ਚ ਭਾਜੀ ਛੋੜ ਹੀ ਹੋਣੀ ਆ, ਆਪਾਂ ਉਹਨਾਂ ਦਾ ਵੀਰ ਜੀ ਮੁੱਲ ਪਾਉਣਾ ਜਿੰਨੇ ਕੁ ਲੈ ਹੀ ਲੈਣ। ਪਰ ਭਾਜੀ ਵੀਰ ਭਾਣ ਦਿਖਾ ਦੋ, ਵੱਡੀ ਮੈਂ ਕੋਈ ਛੋਟੀ ਜੀ ਨਹੀਂ। ਨਹੀਂ ਨਹੀਂ, ਕੱਦ ਘੱਟ ਵੱਡੇ ਆ। ਹਾਂਜੀ ਹਾਂਜੀ, ਠੀਕ ਹੈ ਜੀ। ਦੋਸਤੋ ਜ਼ਿਕਰਯੋਗ ਬਣਦੀ ਹੈ ਗੱਲ, ਪਰ ਇੱਕ ਨਾ ਲਾਸਟ ਤੇ ਤੁਹਾਨੂੰ ਇੱਕ ਝੋਟੀ ਦਿਖਾਉਣੀ ਆ, ਉਹਦੇ ਬਾਰੇ ਗੱਲਬਾਤ ਆਪਾਂ ਬਾਅਦ ਚ ਕਰਾਂਗੇ। ਹਾਂਜੀ, ਪਰ ਉਹ ਝੋਟੀ ਦੇ ਇਕੁਅਲ ਜਿਹੜੇ ਤੁਸੀਂ ਵੇਖੋਗੇ ਹਾਈਟ, ਇਹਨਾਂ ਮੱਝਾਂ ਦੀ ਜਿਹੜੀ ਹਾਈਟ ਬਰਾਬਰ ਹੈਗੀ ਆ, ਕੋਈ ਛੋਟੀਆਂ ਨਿੱਕੀਆਂ ਜਾਂ ਮੱਝਾਂ ਨਹੀਂ ਗੀਆਂ। ਚਲੋ ਠੀਕ, ਮੱਝਾਂ ਦੀ ਜਿਹੜੀ ਪਲੱਸ ਕਵਾਂਗੇ ਆਪਾਂ, ਮੀਡੀਅਮ ਤੋਂ ਪਲੱਸ ਆ, ਠੀਕ ਆ। ਤੇ ਇਸ ਤੋਂ ਬਾਅਦ ਤੀਜੇ ਨੰਬਰ ਤੇ ਆ, ਠੀਕ ਆ ਜੀ। ਤੇ ਇਹ ਬਾਈ ਥੋੜਾ ਜਿਹਾ ਬਰਾਊਨ ਜਿਹਾ ਚਾ ਗਈ। ਹਾਂਜੀ ਹਾਂਜੀ, ਜਿੱਦਾਂ ਭਾਜੀ ਕਈ ਲੋਹੀ ਕਹਿ ਦਿੰਦੇ ਆ, ਕਈ ਰੋਸ਼ੀ ਵੀ ਕਹਿ ਦਿੰਦੇ ਆ। ਹਾਂਜੀ ਹਾਂਜੀ, ਠੀਕ ਆ। ਤੇ ਸੂਆ ਵੀਰ ਕਿਨਮਾ ਇਹ ਸੂਈ ਆ? ਤੀਜੇ ਸੂਏ ਮੱਝ ਸੂਈ ਆ ਜੀ, ਸੂਈ ਆ ਜੀ। ਹਾਂਜੀ ਹਾਂਜੀ, ਠੀਕ ਆ। ਤੀਜਾ ਸੂਆ ਦੋਸਤੋ ਸੂਈ ਆ, ਤੇ ਬੋਡੀ ਬਣਤਰ ਦੀ ਤੁਸੀਂ ਵੇਖੋਗੇ ਪੁੱਠੇ ਪਾਠੇ ਦੀ ਬਹੁਤ ਚੌੜੀ ਆ, ਤੇ ਸਿੰਗਲ ਹੱਡੀ ਦੇ ਵਿੱਚ ਇਹ ਵੀ ਜਿਹੜੀ ਮੱਝ ਆ ਤੇ ਤਾਜ਼ੀ ਸੂਈ ਆ, ਠੀਕ ਆ। ਤੇ ਦਿਨ ਵੀਰ ਇਹਨੂੰ ਕਿੰਨੇ ਕੁ ਸਹੀ ਹੋ ਗਿਆ? ਇਹਨੂੰ ਭਾਈ 10-12 ਦਿਨ ਹੋ ਗਏ, ਸੋ ਇਹਨੂੰ ਪਿੱਛੇ ਇਹਦੇ ਕੱਟੀ ਆ ਭਾਈ। 10-12 ਦਿਨ ਜਿਹੜਾ ਸਮਾਂ ਹੋ ਗਿਆ ਦੋਸਤੋ, ਤੇ ਹਵਾਨਾ ਤੁਸੀਂ ਵੇਖ ਸਕਦੇ ਹੋ, ਠੀਕ ਹੈ ਜੀ। ਆਹ ਹਵਾਨਾ ਸ਼ੇਪ ਥਾਨਾ ਦੀ ਵੇਖੋ, ਬਿਲਕੁਲ ਜਿਹੜੀ ਸੋਹਣੀ ਚੰਗੀ ਸ਼ੇਪ ਹੈਗੀ ਆ। ਤੇ ਦੁੱਧ ਵੀਰ ਹੁਣ ਮੌਕੇ ਦਾ ਕਿੰਨਾ ਕੁ ਚੁਆਰੀ ਹੈ ਭਾਜੀ? ਦੁੱਧ ਇਹਦੇ ਮੇਰੇ ਕੋਲ ਹੋਊਗਾ 11 ਲੀਟਰ ਆਪਣੀ ਭਾਜੀ, 10 ਲੀਟਰ ਦੀ ਗਰੰਟੀ ਹੋਊਗੀ ਜਿਹੜਾ ਟਰਗਾ ਪੱਕਾ ਦੁੱਧ ਜੀ। ਹੁਣ ਜਿਹੜਾ 10 ਲੀਟਰ ਆਪਾਂ ਚਵਾ ਦੇਣਾ ਜਿਹੜਾ ਭਾਜੀ, 11 ਹੀ ਚਵਾਵਾਂਗੇ। ਅਗਰ ਕੋਈ ਵੀਰ ਇੱਥੇ ਘਰੋਂ ਚੋਣ ਆਊਗਾ ਨਾ, 11 ਲੀਟਰ ਹੀ ਚਵਾ ਕੇ ਦਾਂਗੇ, ਪਰ ਆਪਣੀ 10 ਲੀਟਰ ਦੀ ਗਰੰਟੀ ਹੋਊਗੀ। ਓਕੇ ਜੀ, ਤੇ ਬੱਚਾ ਇਹੋ ਕੱਟੀ ਹੈ ਜੀ? ਕੱਟੀ ਹਾਂਜੀ ਹਾਂਜੀ। ਤੇ ਦਿਨ ਕਿੰਨੇ ਕੁ ਹੋਏ ਸਹੀ ਵੈਸੇ ਭਾਜੀ? ਘਰ ਵਾਲੇ 10-12 ਦਿਨ ਕਹਿੰਦੇ, 15-20 ਦਿਨ ਹੋ ਗਏ ਹੋਣਗੇ, ਇਸ ਤੋਂ ਜ਼ਿਆਦਾ। ਬਿਲਕੁਲ ਜੀ, ਹਾਂਜੀ ਕੱਟੀ ਨੂੰ। ਪਰ ਭਾਜੀ ਦੁੱਧ ਦੁੱਧ ਛੱਡਿਆ ਉਹਨਾਂ ਘਰ ਆਇਆ, ਚੰਗੀ ਪਲੀ ਆ ਕੱਟੀ, ਕਿਉਂਕਿ ਠੰਡ ਦਾ ਟਾਈਮ ਆ ਭਾਜੀ, ਬੱਚੇ ਬਾਜਦੇ ਵੀ ਤਾਂ ਕੱਟੀ ਆ ਦੋਸਤੋ ਮਗਰ ਇਸ ਦੇ, ਠੀਕ ਆ। ਬਾਕੀ 10 ਕੁ ਦਿਨ ਵੀਰਾਂ ਦਾ ਵੀ ਘਰ ਵਾਲਿਆਂ ਕਿਹਾ, 10 ਨਹੀਂ ਤੇ 12 ਦਿਨ ਹੋਏ ਹੋਣਗੇ ਤਕਰੀਬਨ। ਤੇ 10-11 ਜਿਹੜਾ ਬਿਲਕੁਲ ਤੁਸੀਂ ਘਰੇ ਚਵਾਈ ਕਰਦੇ ਹੋ ਤੇ ਮਨਾ ਦੂਗੀ ਇਹ, ਠੀਕ ਆ। ਤੇ ਵੀਰ ਜੀ ਥਣਾ ਥੁਣਾ ਦੇ ਵਿੱਚ ਘਾਟ ਵੱਧ ਨਹੀਂ ਹੈਗੀ? ਮੈਂ ਕਿਹਾ ਭਾਜੀ ਘਰ ਤੱਕ ਦੀ ਗਰੰਟੀ ਹੋਊਗੀ, ਅਗਰ ਥਾਂ ਚ ਬਾਅਦ ਘਾਟ ਹੋਊਗੀ ਅਗਲੇ ਮਗਰ ਲਈ ਬਿਲਕੁਲ ਬਰਾਬਰ ਆ ਜੀ। ਮੈਂ ਕਿਹਾ ਭਾਜੀ ਬਰਾਬਰ ਪੂਰੇ ਜੀ। ਠੀਕ ਆ ਜੀ, ਆਹ ਥਣ ਜੇ ਦੋਸਤੋ ਹਵਾਨਾ ਬਿਲਕੁਲ ਤੁਹਾਡੇ ਸਾਹਮਣੇ ਆ, ਤੇ ਆਪਾਂ ਤੋੜ ਕੇ ਦਿਖਾਉਣੇ ਤੁਹਾਨੂੰ ਤਸੱਲੀ ਦੇ ਨਾਲ ਬਾਹਰ। ਪਿੰਠ ਪੜਾ ਭਾਈ ਵੀਰ ਭਰਾ ਨੂੰ ਦਿਖਾਓ ਕਿੱਡਾ ਲੱਗਾ ਪਿਆ ਮੈਂ। ਹਾਂਜੀ ਹਾਂਜੀ, ਪੂਰੀ ਰਾਜੀ ਦੇ ਕਰਮਾਇਆ। ਆਹ ਵੇਖੋ ਕਰੋ ਚੈੱਕ ਜੀ, ਠੀਕ ਆ ਜੀ। ਪਿੱਠ ਪੁੱਠੇ ਤਾਂ ਪੂਰੀ ਚੌੜੀ ਆ, ਤੇ ਧਾਰ ਵੀਰ ਜੀ ਬਿਲਕੁਲ ਮੋਟੀ ਆ ਆਉਂਦੀ ਗੰਨੇ ਵਾਂਗੂ। ਮੈਂ ਕਿਹਾ ਭਾਜੀ ਗੰਨੇ ਵਾਂਗੂ ਪੋਲੀ ਹੋਊਗੀ ਰੂਹ ਵਰਗੀ ਭਾਈ। ਠੀਕ ਹੈ ਵੀਰ ਜੀ, ਹਾਂ ਦਿਖਾਈਏ ਵੀਰ ਜੀ। ਕੱਦ ਕਾਠੀ ਵੀ ਜਿਹੜਾ ਦੋਸਤੋ ਉੱਚਾ ਤੇ ਭਾਰੀ ਆ, ਵਜਨ ਵਾਲੀ ਜਿਹੜੀ ਬਿਲਕੁਲ ਮੱਝ ਆ ਤਕਰੀਬਨ, ਠੀਕ ਆ। ਤੇ ਸੂਆ ਤਕਰੀਬਨ 10-12 ਦਿਨ ਦਾ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਜੀ।
ਠੀਕ ਆ। ਇਹਦਾ ਫਿਰ ਵੀਰ ਜੀ ਕਿੰਨੇ ਲੈ ਦੇ ਕੀਤਾ ਜੀ? ਇਹਦਾ ਭਾਜੀ ਮੁੱਲ 60,000 ਰੁਪਈਆ, ਹਾਂਜੀ, ਉਹ ਚ 2,000 ਰੁਪਈਆ ਛੋੜ ਭਾਜੀ। ਠੀਕ ਹੈ ਜੀ। 58,000 ਚ ਭਾਜੀ ਦੋ ਮੱਝੇ ਦੇ ਦੇਣੀਆਂ। ਠੀਕ ਹੈ ਜੀ। ਪਿੱਛੇ ਇੱਕ ਕੱਟੀ ਇਹ ਭਾਜੀ ਹਲੇ 12 ਵਜੇ ਆ, ਸ਼ਾਮ ਨੂੰ 5 ਤੋਂ 5 ਕੋਈ ਚਵਾਈ ਕਰਦੇ ਇੱਦਾਂ ਫਸ ਜਾਂਦੀਆਂ ਮੱਝੇ। ਹਾਂਜੀ ਭਾਜੀ ਬਿਲਕੁਲ ਜੀ। ਸਮਾਂ ਆਪਾਂ ਵੀਰਾਂ ਨੂੰ ਨੋਟ ਕਰਾਤਾ ਕਿਉਂਕਿ ਅਜੇ ਅੱਧੋ ਅੱਧਾ ਸਮਾਂ ਹੋਇਆ, ਸ਼ਾਮ ਨੂੰ 2-3 ਵਜੇ ਤੋਂ ਬਾਅਦ ਪਸ਼ੂ ਜਿਹੜਾ ਭਰਨਾ ਸ਼ੁਰੂ ਹੋ ਜਾਂਦਾ। ਠੀਕ ਆ। ਤੇ ਬਿਲਕੁਲ ਜਿਹੜੀ ਦੋਸਤੋ 58,000 ਦੀ ਨੈੱਟ ਹੋ ਜੂਗੀ, 60,000 ਵੀਰਾਂ ਦਾ ਵੀ ਡਿਮਾਂਡ ਕਰਨ ਨੂੰ 60,000 ਕਰ ਲਈਏ। ਠੀਕ ਆ। ਤੇ 58,000 ਲਾਸਟ ਲੈਦੇ ਆ, ਉਹਦੇ ਚ ਮੌਕੇ ਦੀ ਛੋਟ ਆ ਜਿਹੜੀ ਗੁੰਜਾਇਸ਼ ਆ। ਠੀਕ ਆ ਜੀ, ਉਹ ਜ਼ਰੂਰ ਕਰਾ ਲਿਓ। ਇਸ ਤੋਂ ਲਾਸਟ ਐਂਡ ਫਾਈਨਲ ਤੇ ਜਿਹੜੀ ਆ ਝੁੱਟੀ ਆਪਾਂ ਦਿਖਾਉਣੀ ਆ ਤੁਹਾਨੂੰ। ਠੀਕ ਆ ਜੀ, ਮੂੰਹ ਦੰਦਾਂ ਦੇ ਵਿੱਚ ਵੀ ਤਕਰੀਬਨ ਹੈਗੀ ਅਜੇ, ਤੇ ਬਾਕੀ ਹੈ ਵੀ ਪਹਿਲਾਂ ਨਾ ਝੋਟੀ ਪਹਿਲਾਂ ਸੂਆ ਸੋਈ ਆ, ਤੇ ਬਾਕੀ ਵੀਰ ਤੋਂ ਪੁੱਛ ਲੈਂਦੇ ਆ। ਤੇ ਅੱਛਾ ਵੀਰ, ਝੋਟੀ ਚੰਗੇ ਕੱਦ ਕਾਠੀ ਵਾਲੀ ਸੋਹਣੀ ਹੈ ਨਾ? ਹਾਂਜੀ ਭਾਜੀ, ਇਹ ਪਹਿਲਾ ਸੂਆ ਝੋਟੀ ਸੂਈ ਆ। ਹਾਂਜੀ, ਮੂੰਹ 4 ਦਿਨ ਦਾ ਪ੍ਰੋਪਰ ਭਾਜੀ। ਹਾਂਜੀ, ਕੋਈ ਵੀਰ ਵੀ ਚੈੱਕ ਕਰਕੇ ਲਿਜਾ ਸਕਦਾ, ਕਹਿਣ ਦੀ ਗੱਲ ਨੀ ਹੋਊਗੀ। ਹਾਂਜੀ, ਇਹਨੂੰ ਭਾਜੀ 5 ਤੋਂ 6 ਦਿਨ ਹੋ ਗਏ ਸੂਈ ਨੂੰ ਭਾਜੀ। ਹਾਂਜੀ, ਇਹਦੇ ਪਿੱਛੇ ਮੇਲ ਕਾਫ ਕੱਟਾ ਭਾਜੀ। ਹਾਂਜੀ, ਚਾਹੇ ਕੋਈ ਵੀਰ ਬੋਲਾ ਮੰਨ ਲੈ, ਚਾਹੇ ਦੁੱਧ ਮੰਨ ਲੈ, 12 ਲੀਟਰ ਨੈੱਟ ਆਪਾਂ ਚਵਾ ਕੇ ਦਾਂਗੇ ਇੱਥੇ ਭਾਜੀ। ਅੱਜ 12 ਲੀਟਰ ਬਿਲਕੁਲ ਨੈੱਟ ਹੈਗਾ ਭਾਜੀ, ਪੱਕਾ ਇੱਟਰ ਕਾ ਹੋਊਗਾ। ਠੀਕ ਹੈ, ਬੱਚਾ ਪਿੱਛੇ ਮੇਲ ਆ ਗਿਆ। ਹਾਂਜੀ ਹਾਂਜੀ, ਠੀਕ ਆ। ਮੇਲ ਜਿਹੜਾ ਦੋਸਤੋ ਕਾਫ ਹੈਗਾ ਨੀਚੇ, ਠੀਕ ਆ, ਕੱਟਾ ਹੈ ਨੀਚੇ, ਜ਼ਰੂਰ ਤੁਸੀਂ ਵੇਖ ਲਓ। ਠੀਕ ਆ, ਅਤੇ ਕੱਟਾ ਵੀ ਚੰਗਾ, ਬਿਲਕੁਲ ਬਿਲਕੁਲ ਐਕਟਿਵ ਆ, ਤੰਦਰੁਸਤ ਕੱਟਾ ਮਗਰ। ਠੀਕ ਹੈ। ਇਸ ਤੋਂ ਬਾਅਦ ਝੋਟੀ ਦੀ ਗੱਲ ਕਰੀਏ, ਤਾਂ ਬਿਲਕੁਲ 12 ਲੀਟਰ ਦੀ ਤੁਸੀਂ ਜਿਹੜੀ ਮਿਣਤੀ ਵਾਲਾ ਦੁੱਧ ਆ ਉਹ ਵੀਰ ਨੇ ਕਹਿ ਦਿੱਤਾ। ਠੀਕ, ਥੋੜ੍ਹਾ ਜਿਹਾ ਵੀਰ ਜੀ ਹੁਣ ਜਿਵੇਂ ਸਮੇਂ ਦੇ ਹਿਸਾਬ ਨਾਲ, ਬਾਕੀ ਥੋੜ੍ਹਾ ਜਿਹਾ ਕਿ ਲੇਵਾ ਅੱਗੇ ਰੱਖ ਦੀ ਧੱਕ ਥੋੜ੍ਹੀ ਜਿਹੀ ਭਾਜੀ, ਨਿੱਗਰ ਹਵਾਨੇ ਜੀ ਆ। ਹਾਂਜੀ, ਪੂਰਾ ਨਿੱਗਰ ਹਵਾਨਾ ਭਾਜੀ, ਦੁੱਧ ਵਾਲਾ ਹਵਾਨਾ ਬਿਲਕੁਲ। ਇਹ ਭਾਜੀ ਬਹੁਤ ਵੱਡੀ, ਇਸ ਤੋਂ ਵੀ ਜ਼ਿਆਦਾ ਰਾਜੀ ਝੋਟੀ ਸੀਗੀ ਭਾਜੀ। ਹਾਂਜੀ, ਇਹ ਭਾਜੀ ਝੋਟੀ ਆਈ ਆ ਫਾਰਮ ਤੋਂ। ਹਾਂਜੀ, ਖੁੱਲੀ ਰਹੀ ਆ ਭਾਜੀ, ਕੋਈ ਰੱਸਾ ਨੀ, ਕੋਈ ਕੁਛ ਨੀ ਇਹਨੂੰ ਪਾਇਆ ਹੈਗਾ ਝੋਟੀ ਨੂੰ। ਅੱਛਾ ਜੀ, ਹਲੇ ਵੀ ਇਹ ਤਲਿਆਰੀ ਦੀ ਔਲ ਮੰਨਦੀ ਪਈ ਆ, ਜਿਵੇਂ ਖੁੱਲੇ ਵਾੜੇ ਵੂੜੇ ਪਸ਼ੂ ਛੱਡੇ ਸੀ। ਹਾਂਜੀ ਹਾਂਜੀ ਭਾਜੀ, ਐਡੀ ਝੋਟੀ ਪਾਲਣੀ ਕਿਤੇ ਖੇਡ ਥੋੜਾ ਪਈ ਆ ਵੀਰ। ਹਾਂ ਦੇਖੋ, ਪਿੱਠ ਫੁੜਾ ਕਿਸੇ ਚੀਜ਼ ਤੋਂ ਕੋਈ ਥੋੜਾ ਜਿਹਾ ਨਹੀਂ, ਬੜੇ ਵੱਡੇ ਕੱਦਕਾਠ ਦੇ ਵਿੱਚ ਆ ਜੀ, ਤੇ ਬਿਲਕੁਲ ਗੋਲ ਆ ਦੋਸਤੋ, ਗੁਲਾਈ ਆ ਝੋਟੀ ਦੀ ਪੂਰੀ, ਕਿਉਂਕਿ ਰਾਜੀ ਆ। ਠੀਕ ਆ, ਪੁੱਠੇ ਪੱਠੇ ਜਿਹੜੇ ਤੁਹਾਨੂੰ ਬਿਲਕੁਲ ਇੱਕ ਸਾਰ ਪਿੱਛੋਂ ਨਜ਼ਰ ਆਉਣਗੇ, ਤੇ ਥੱਬਿਆਂ ਦੇ ਥੱਬੇ ਆ, ਕਿਉਂਕਿ ਬਹੁਤ ਵੱਡੀ ਵੇਲ ਵੂਲ ਪਾਸਿਓਂ ਵੀ ਜੇਕਰ ਵੇਖੀਏ ਤੇ ਲੰਬਾਈ ਵੀ ਝੋਟੀ ਦੀ ਪੂਰੀ ਆ, ਤੇ ਸਿੰਘਾ ਸੁੰਘਾ ਦੀ ਬਣਤਰ ਬਹੁਤ ਵਧੀਆ, ਨਿੱਗਰ ਹਵਾਨੇ ਦੀ ਆ ਝੋਟੀ, ਇੱਦਾਂ ਦੀ ਗੱਲ ਨਹੀਂ ਕੀ। ਹਾਂਜੀ ਹਾਂਜੀ, ਆਹ ਕਰੋ ਚੈੱਕ ਜੀ। ਠੀਕ ਆ, ਬਹਿਣੀ ਵਾਲੇ ਪਾਸੇ ਤੋਂ ਵੀ ਜਿਹੜਾ ਥਣਾਂ ਦੀ ਆਹ ਸ਼ੇਪ ਜੇ, ਓਕੇ ਜੀ, ਆਹ ਦੇਖੋ ਠੀਕ ਆ। ਅੱਛਾ ਬਾਈ ਹਰਜਿੰਦਰ ਵੀਰ, ਇਹਦਾ ਫਿਰ ਕੀ ਲੈ ਦੇ ਮੁੱਲ, ਕਿੰਨੀ ਕੁ ਡਿਮਾਂਡ ਆ? ਵੀਰ ਜੀ, ਝੋਟੀ ਦੇ ਹਿਸਾਬ ਨਾਲ ਤੇ ਜਿੰਨਾ ਮਰਜ਼ੀ ਮੁੱਲ ਕਰ ਲਈਏ ਵਿਕਣੀ ਵਿਕਣੀ ਆ ਬਾਈ। ਬਿਲਕੁਲ ਜੀ, ਤੇ ਪਰ ਆਪਣਾ ਭਾਜੀ ਬਿਲਕੁਲ ਜਾਇਜ਼ ਮੁੱਲ, ਭਾਵੇਂ ਇਹਦਾ 80 ਕਰਾ ਲਓ, 85 ਕਰਾ ਲਓ, ਇਹ ਭਾਜੀ 72,000 ਦੀ ਦੇ ਦਾਂਗੇ ਝੋਟੀ, ਉਹ 'ਚ 2,000 ਮਾਨਤਨ ਕਰ ਦਾਂਗੇ, 70,000 ਦੀ ਯਸ ਨੂੰ ਹੀ ਦੇਣੀ ਭਾਜੀ, 70,000 ਦੀ ਉਹ 'ਚ ਭਾਜੀ ਛੋੜ ਹੀ ਕਰਾਂਗੇ ਆਪਣੀ ਮਰਜ਼ੀ ਨਾਲ, ਕੋਈ ਵੀਰ ਜ਼ਿਆਦਾ ਨਾ ਖਿੱਚ ਖਚਾਈਆ ਕਰੇ। ਓਕੇ ਹਾਂਜੀ ਹਾਂਜੀ, ਲੈ ਵੀ ਦੋਸਤੋ 12 ਲੀਟਰ ਨੈੱਟ ਇੱਥੋਂ, ਕੋਈ ਜਿੱਦਾਂ ਮਰਜ਼ੀ ਵੀਰ ਚੋ ਕੇ ਲੈ ਜੀ, ਤਸੱਲੀ ਵਾਲੀ ਗੱਲ ਤਸੱਲੀ ਵਾਲੀ, ਮੈਂ ਕਿਹਾ ਵੀਰ ਜੀ ਜਿੱਦਾਂ ਕਿਸੇ ਵੀਰ ਦੀ ਤਸੱਲੀ ਹੋਊਗੀ ਨਾ ਆਪਾਂ ਉਦਾਂ ਕਰਾ ਕੇ ਦਾਂਗੇ, ਚਾਹੇ ਵੀਡੀਓ ਕਾਲ ਦੇ ਕਰ ਲੈ, ਇੱਥੇ ਆ ਜਾਏ ਤਾਂ ਸਾਰਿਆਂ ਨੂੰ ਵਧੀਆ ਭਾਜੀ। ਬਿਲਕੁਲ ਸਹੀ ਗੱਲ, ਹਾਂਜੀ ਹਾਂਜੀ, ਅਗਰ ਥਾਣ ਬਾਅਦ ਘੱਟ ਹੋਊਗਾ, ਭੂਲ ਛੱਟਾ ਹੋਊਗਾ, ਉਹ ਆਪਣੀ ਘਰ ਤੱਕ ਦੀ ਵੀ ਗਰੰਟੀ ਹੋਊਗੀ। ਸਹੀ ਹੈ ਵੀਰ, ਜੇ ਆਪਣੀ ਝੋਟੀ ਕਿਸੇ ਦੇ ਘਰ ਜਾਗਾ ਚੋਣ ਤੋਂ ਵੀ ਲੱਤ ਪੱਟ ਜੂਗੀ, ਉਹ ਵੀ ਆਪਣੀ ਝੋਟੀ ਹੋਊਗੀ ਭਾਜੀ। ਹਾਂਜੀ, ਇਹ ਭਾਜੀ ਥੋੜੀ ਨਾ ਤੁਹਾਨੂੰ ਪਹਿਲਾਂ ਵੀ ਦੱਸਿਆ, ਫਾਰਮ 'ਚ ਰਹੀ ਆ, ਰੱਸੇ ਰੁੱਸੇ ਦੀ ਔਲ ਕਰਦੀ ਪਈ। ਬਿਲਕੁਲ ਬਿਲਕੁਲ ਬਿਲਕੁਲ,
ਸੋ ਦੋਸਤੋ ਜ਼ਰੂਰ ਤੁਸੀਂ ਨੋਟ ਕਰ ਸਕਦੇ ਹੋ, ਠੀਕ ਆ ਜੀ। ਬਿਲਕੁਲ 70,000 ਦੇ ਵਿੱਚ ਤੁਹਾਨੂੰ ਇਹ ਝੋਟੀ ਮਿਲੂਗੀ, ਤਾਜ਼ੀ ਸੂਈ ਆ, ਮਗਰ ਬੱਚਾ ਕੱਟਾ ਹੈਗਾ ਇਸ ਦੇ ਨੀਚੇ, ਅਤੇ 24-12 ਲੀਟਰ ਦੀ ਲੱਗੀ ਹੈ ਇਸ ਝੋਟੀ ਨੂੰ। ਅਤੇ ਵੇਖੋ ਪੂਰੀ ਸਕਰੀਨ ਦੇ ਵਿੱਚ ਝੋਟੀ ਆਉਂਦੀ ਆ, ਫਿੱਟ ਬਹਿੰਦੀ ਪਈ ਹੈ ਜਿੱਡੀ ਝੋਟੀ ਆ, ਠੀਕ ਹੈ ਜੀ। ਬਿਲਕੁਲ ਕਾਲੀ ਸ਼ਾਹ ਸਿਰ ਦੇ ਉੱਤੇ, ਜਿਹੜੇ ਦੋਸਤੋ ਵਾਲ ਤੁਹਾਨੂੰ ਮੱਥਾ ਹੈਗਾ ਥੋੜ੍ਹਾ ਜਿਹਾ ਬਲ ਵਿੱਚ ਦਿਸੂਗਾ, ਇੱਕ ਅੱਖ ਜਿਹੜੀ ਆ ਬਿੱਲੀ ਆ, ਇੱਕ ਬਲੈਕ ਆ, ਠੀਕ ਹੈ ਜੀ। ਦੋਨੇ ਬਿੱਲੀਆਂ, ਦੋਵੇਂ ਬਿੱਲੀਆਂ ਜੀ, ਦੇਖੋ ਜੀ। ਆ ਠੀਕ ਆ ਜੀ, ਠੀਕ ਆ ਜੀ। ਪੂਰਾ ਜਿਹੜਾ ਨਿਸ਼ਾਨ ਹੈਗਾ ਦੋਸਤੋ ਮਾਰਕਿੰਗ ਆ, ਉਹ ਆ ਗਿਆ ਜਵਾਬ ਹੈਗਾ, ਠੀਕ ਆ। ਬਾਕੀ ਥਾਣਾ ਹਵਾਨੇ ਦੀ ਸਾਫ਼ ਆ। ਇਹਨੂੰ ਵੀਰ ਜੀ ਫਿਰ ਖੋਲ ਖੋਲ ਕੇ ਦਿਖਾਈਏ ਜੀ। ਹਾਂਜੀ ਹਾਂਜੀ ਹਾਂਜੀ, ਚੱਲ ਗਏ ਵੀਰ ਜੀ। ਹਾਂਜੀ ਆ ਕਰੋ ਦੋਸਤੋ ਚੈੱਕ, ਸੋ ਦੋਸਤੋ ਇਹ ਸਨ ਵੀਰ ਹਰਜਿੰਦਰ ਅਤੇ 4 ਨਗ ਸੀ ਅੱਜ ਬਾਈ ਦੇ ਕੋਲ ਵਿਕਾਊ। ਅਤੇ ਹਰਜਿੰਦਰ ਵੀਰੇ ਹੋਰ ਇਸ ਤੋਂ ਇਲਾਵਾ ਕੁਛ? ਭਾਅ ਜੀ ਇਹ ਨਾ ਝੋਟੀ ਤੁਹਾਨੂੰ ਅੱਗੇ ਵੀ ਦੱਸਿਆ, ਫਾਰਮ ਜਿਹੜੀ ਆਪਾਂ ਵੀਰਾਂ ਨੂੰ ਧਾਰਾ ਮਾਰ ਕੇ ਦਿਖਾ ਦਿੰਦੇ ਹਾਂ, ਟੀਵੀ ਤੋਂ ਡਾਊਟ ਕਰਦੇ ਹੁੰਦੇ ਵੀ ਪਹਿਲਾਂ ਨਾ ਪਤਾ ਨਹੀਂ ਕੀ ਗੱਲ ਆ। ਬਿਲਕੁਲ ਬਿਲਕੁਲ, ਜ਼ਰੂਰ ਜੀ ਜ਼ਰੂਰ। ਅਤੇ ਬਿਲਕੁਲ ਜਿਹੜਾ ਦੋਸਤੋ ਬੱਚਾ ਛੱਡ ਕੇ ਵੀਰਾਂ ਦਾ ਵੀ ਧਾਰਾ ਮਾਰ ਕੇ ਤਸੱਲੀ ਨਾਲ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ, ਠੀਕ ਹੈ ਜੀ। ਕਈ ਵਾਰ ਹੁੰਦਾ ਵੀ ਬੱਚਾ ਕਹਿ ਦਿੰਦੇ ਵੀਰ ਵੀ ਬੱਚਾ ਹੋਰ ਕਿਸੇ ਦਾ ਹੋਵੇਗਾ ਜਾਂ ਦੂਜਾ। ਸੋ ਦੋਸਤੋ ਬਾਕੀ ਜਿੰਨੀ ਵੀ ਹੋ ਸਕਦੀ ਆ ਤਸੱਲੀ ਵੀਰਾਂ ਦਾ ਵੀ ਆਪਾਂ ਕਰਵਾ ਦੇਣੀ ਹੈ ਝੋਟੀ ਦੀ। ਬਾਕੀ ਤੁਹਾਡੀ ਵੀ ਰਿਸਪੋਂਸੀਬਿਲਟੀ ਆ, ਤੁਹਾਡਾ ਹੱਕ ਬਣਦਾ, ਤੁਸੀਂ ਪੈਸੇ ਖਰਚ ਕਰਨੇ ਆ, ਤੁਸੀਂ ਵੀ ਆਓ ਇੱਕ ਟਾਈਮ ਦੋ ਟਾਈਮ ਆਪਣੀ ਤਸੱਲੀ ਜ਼ਰੂਰ ਕਰਕੇ, ਫਿਰ ਬੇਸ਼ੱਕ ਸੌਦਾ ਕਰ ਸਕਦੇ ਹੋ, ਠੀਕ ਹੈ ਜੀ। ਬਾਕੀ ਨਾਗ ਅੱਜ ਤਕਰੀਬਨ 4 ਸੀਗੇ, 4 ਨਾਗ ਜਿਹੜੇ ਵਧੀਆ ਨੇ ਆਪੋ ਆਪਣੀ ਜਗ੍ਹਾ ਦੇ। ਦੋਸਤੋ ਹਰ ਇੱਕ ਐਨੀਮਲ ਚੰਗਾ ਹੁੰਦਾ, ਫਰਕ ਹੁੰਦਾ ਵੀ ਜਿੱਥੇ ਤੁਸੀਂ ਤਸੱਲੀ ਕਰਕੇ ਚੀਜ਼ ਨੂੰ ਫਿੱਟ ਕਰ ਲੈਣਾ, ਆਪਣੀ ਨਿਗਾਹ 'ਚ ਪਾਸ ਕਰ ਲੈਣਾ। ਆ ਕਰੋ ਦੋਸਤੋ ਚੈੱਕ, ਠੀਕ ਹੈ ਜੀ। ਅਗਲੇ ਥਾਣਾ ਦੀ ਚਵਾਈ ਹੈਗੀ ਆ ਜਿਹੜੀ ਇਸ ਝੋਟੀ ਦੀ, ਆ ਕਰੋ ਪਾਸ। ਠੀਕ ਆ, ਆ ਮਗਰਲੇ ਥਾਣਾ ਦੀ ਚਵਾਈ, ਆ ਕਰੋ ਜੀ। ਓਕੇ ਸਰ, ਆ ਲਓ ਜੀ, ਠੀਕ ਆ। ਐਨ ਬਿਲਕੁਲ ਜਿਹੜਾ ਤਸੱਲੀ ਨਾਲ ਦੋਸਤੋ ਆਪਣੀ ਨਿਗਾਹ ਦੇ ਰਾਹੀਂ ਸਕੈਨ ਕਰ ਲਓ ਚੀਜ਼ ਨੂੰ, ਅਤੇ ਫਟਕ ਦੇਣੇ ਬਈ ਸੌਦਾ ਕਰ ਲਿਓ। ਰੇਟ ਵੀ ਕੋਈ ਬਾਹਲਾ ਵੱਡਾ ਮੁੱਲ ਨਹੀਂ ਗਾ, ਵੀ 70,000 ਦੇ ਵਿੱਚ ਜਿਹੜਾ ਦੇ ਰਹੇ ਆ ਮੁੱਲ, 75-72 ਜਿੰਨਾ ਮਰਜ਼ੀ ਕਰਵਾਈ ਜਾਓ। ਬਾਕੀ ਵੀਰਾਂ ਦਾ ਵੀ 70,000 ਦੀ ਲਾਸਟ ਦੇਣੀ ਹੈ, ਅਤੇ ਉਹਦੇ 'ਚ ਵੀ ਕੋਈ ਗੁੰਜਾਇਸ਼ ਮੌਕੇ ਦੀ ਆ, ਠੀਕ ਆ। ਅਤੇ
ਬਾਕੀ ਝੋਟੀ ਭਾਈ ਕੋਈ ਸ਼ੱਕ ਨਹੀਂ ਵਧੀਆ ਚੰਗੀ ਆ। ਹਾਂਜੀ ਭਾਜੀ, ਰੱਬ ਨਾ ਕਰੇ ਵਾਹਿਗੁਰੂ ਗਾਹ ਨਾ ਬਣੇ ਤੇ ਯਾਰ ਯਾਰ ਦੀ ਝੋਟੀ ਤੇ ਦੂਜੇ ਪਾਸੇ ਨਹੀਂ ਆ ਭਾਜੀ। ਬਿਲਕੁਲ ਬਿਲਕੁਲ ਨਹੀਂ, ਇਹੋ ਜਿਹਾ ਪਿੱਠ ਪੁੱਠਾ ਉਚਾਈ ਬਹੁਤ ਆ ਝੋਟੀ ਦੀ। ਹਾਂਜੀ ਉਚਾਈ ਲੰਬਾਈ ਸਾਰਾ ਕੁਝ ਸਭ ਕੁਝ ਪੂਰਾ ਹੈਗਾ। ਹਾਂਜੀ ਤੇ ਹਰਜਿੰਦਰ ਵੀਰੇ ਸੰਪਰਕ ਨੰਬਰ ਆਪਣੇ ਜਰੂਰ ਦੱਸ ਦਈਏ। ਭਾਜੀ ਨੰਬਰ ਮੇਰਾ 9986-6562-7091। ਠੀਕ ਆ। ਸੋ ਦੋਸਤੋ ਇਹ ਸਨ ਵੀਰ ਹਰਜਿੰਦਰ, ਠੀਕ ਆ ਜੀ, ਪਿੰਡ ਨਾਰਪੁਰ ਦੋਸਤੋ, ਠੀਕ ਆ। ਤੁਸੀਂ ਵਿਜਿਟ ਕਰਨੀ ਹੈਗੀ ਆ, ਤਸੱਲੀ ਕਰ ਲਓ ਆਪਣੀ ਪੂਰੀ, ਉਸ ਤੋਂ ਬਾਅਦ ਬੇਸ਼ੱਕ ਸੌਦਾ ਕਰ ਸਕਦੇ ਹੋ। ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ, ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।